ਪਿੱਛੇ ਰੱਖ ਜਾ ਪਲੇਟ ਕੱਟ ਦਿਓ ਸਰ। ਬਿਸਮਿਲ੍ਲਾ ਰਹਿਮਾਨ ਰਹੀਮ। ਸ਼ਬਾਨਾ ਬੀਬੀ ਬਾਕੀ ਉਹ ਇਸਕੋ ਦੇਖ ਕੇ ਸੇਵ ਕਰੇਗਾ ਤੋ ਵੋ ਡਾਇਰੈਕਟਰ ਕੇ ਪਾਸ ਚਲੇ ਜਾਏਗਾ, ਡਾਇਰੈਕਟਰ ਆਰਡਰ ਕਰ ਦੇਗਾ ਕਿ ਅਪਡੇਟ ਹੈ ਤੋ ਯੇ ਗਿਆ ਉਸਕੇ ਮੇਨ ਸਰਵਿਸ ਮੇਂ। ਨੈਕਸਟ ਪੇਮੈਂਟ ਜੋ ਵੀ ਹੋਏਗੀ ਆਟੋਮੈਟਿਕਲੀ ਇਸਕੋ ਘਰ ਮੇਂ ਪਹੁੰਚ ਜਾਏਗੀ, ਚਾਹੇ ਵੋ ਮਨੀ ਆਰਡਰ ਹੋ ਚਾਹੇ ਡੈਬਿਟ ਕਾਰਡ। ਮੈਡਮ ਜੀ, ਪਾਕਿਸਤਾਨ ਮੇਂ ਪਹਿਲਾ ਇੱਕ ਐਸਾ ਇਦਾਰਾ ਹੈ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਕਿ ਜਹਾਂ ਔਰਤ ਰਾਈਟਿੰਗ ਮੇਂ ਦਰਖਾਸਤ ਕੋਈ ਨਹੀਂ ਦੇਤੀ, ਯਾਨੀ ਉਸਨੇ ਆਪਣਾ ਸ਼ਨਾਤੀ ਕਾਰਡ ਦਿਖਾਣਾ ਹੈ, ਹਮਨੇ ਉਸਕੋ ਉਸਕਾ ਰੈਫਰੈਂਸ ਨੰਬਰ ਨਿਕਾਲ ਕੇ ਦੇਣਾ ਹੈ, ਯੇ ਆਪਕਾ ਰੈਫਰੈਂਸ ਨੰਬਰ। ਇਸ ਤਰੀਕੇ ਸੇ ਇਸ ਕੋ ਜੋ ਚਾਹਮੇ ਚਾਹੀਏ ਐਂਟਰੀ ਕੇ ਲੀਏ, ਯਾਨੀ ਜਸਟ ਆਪ ਇਸਕੀ ਐਡਰੈਸ ਹੋ ਗਿਆ ਔਰ ਆਟੋਮੈਟਿਕਲੀ ਕੰਪਿਊਟਰ ਮੇਂ ਡਾਟਾ ਮੇਂ। ਇਸੀ ਤਰੀਕੇ ਸੇ ਕਿਸੀ ਕਾ ਡੁਪਲੀਕੇਟ ਕਾ ਮਸਲਾ ਹੈ, ਡੁਪਲੀਕੇਟ ਫਾਰਮ ਕਾ ਮਸਲਾ ਹੈ, ਔਰ ਦੂਸਰਾ ਜੋ ਮਸਲਾ ਹੈ ਕਿ ਫਰਜ਼ ਕੀਆ ਕਿਸੀ ਜੋ ਸਰਵੇ ਨਹੀਂ ਹੋ ਸਕਦਾ। ਆਪ ਅੱਗੇ ਉਹਨਾਂ ਦੇ ਕਾਮਨ ਸ਼੍ਰੀ ਆਜ਼ਮ ਸਾਹਿਬ ਪਾਰਟੀ ਦੇ ਬੰਦੇ ਅਸੀਂ ਵਰਕਰ ਚਲਾਉਂਦੇ ਪਏ ਹਾਂ, ਤੁਹਾਨੂੰ ਹਰ ਸਹੂਲਤ ਲੱਭੇਗੀ ਮਗਰ ਤੁਸੀਂ ਸਬਰ ਦਾ ਦਾਮਨ ਨਹੀਂ ਛੱਡਣਾ, ਬੱਚਿਆਂ ਨੂੰ ਤੰਗ ਨਹੀਂ ਕਰਨਾ, ਕਾਰਡ ਵਾਰੀ ਵਾਰੀ ਲੱਭਣਗੇ ਉਹ ਕਾਰਡ ਤੇ ਤੁਹਾਡੇ ਅਕਾਊਂਟ ਵਿੱਚ ਪੈਸੇ ਆ ਜਾਂਦੇ ਮਹੀਨੇ ਦੇ ਮਹੀਨੇ। ਇਹਨਾਂ ਨੇ ਦੁਕਾਨਾਂ ਤੇ ਆਖ ਸਕਿਆ ਦੁਕਾਨਾਂ ਨੇ ਤੁਸੀਂ ਇੱਥੇ 600 ਲੈਣੇ 500 ਲੈਣੇ, ਤੁਸੀਂ ਆਖੋਗੇ ਮੈਨੂੰ 400 ਦੇ ਦੇ ਰੱਖੋਗੇ 5000 ਹੋ ਜਾਣਗੇ ਇਸੇ ਕਾਰਡ ਤੇ, ਉਹਦੇ ਬਾਅਦ ਤੁਹਾਨੂੰ ਇੰਸ਼ੋਰੈਂਸ ਲੱਭੇਗੀ। ਇਕੱਠੇ ਪੈਸੇ ਦੇਣਗੇ 2-2.5-3 ਲੱਖ ਜਿੰਨੇ ਵੀ ਹੋਣਗੇ, ਉਹਦੇ ਬਾਅਦ ਬੱਚਿਆਂ ਦੀ ਤਾਲੀਮ ਵੀ ਇਸੇ ਕਾਰਡ ਨਾਲ ਹੋਏਗੀ ਜਿਹੜਾ ਅੱਜ ਕਾਰਡ ਹੁਣ ਇਸ਼ੂ ਹੁੰਦਾ ਪਿਆ, ਠੀਕ ਹੈ। ਤੁਸੀਂ ਘਬਰਾਉਣਾ ਨਹੀਂ, ਜਿਹੜੀ ਬੀਬੀਆਂ ਰਹਿ ਗਈਆਂ ਨੇ ਜਿਹਨਾਂ ਦਾ ਸਕੋਰ ਬਹੁਤ ਜ਼ਿਆਦਾ ਨੇ ਉਹ ਸਬਰ ਕਰਨ, ਕਿਉਂਕਿ ਅਜੇ ਗੌਰਮੈਂਟ ਕੋਲ ਇੰਨੇ ਪੈਸੇ ਨਹੀਂ ਹੈ। ਤੁਹਾਨੂੰ ਅਗਰ ਬੱਚੇ ਕਹਿੰਦੇ ਨੇ ਕਿ ਤੁਸੀਂ ਨਹੀਂ ਐਂਟਰੀ ਤੁਹਾਡੀ ਹੋਈ, ਤੁਸੀਂ ਵਾਪਸ ਚਲੇ ਜਾਓ, ਕੁਝ ਅਰਸੇ ਬਾਅਦ ਦੁਬਾਰਾ ਕੋਸ਼ਿਸ਼ ਕਰਾਂਗੇ। ਝਗੜੇ ਵਾਲੀ ਗੱਲ ਨਹੀਂ ਕਿ ਇਹ ਦਿਨ ਲੱਗੇ ਨੇ ਮੇਰੇ ਕਿਉਂ ਨਹੀਂ ਲੱਗੇ, ਕੋਈ ਫਰਕ ਹੋਏਗਾ ਤਾਂ ਨਹੀਂ ਲੱਗੇ ਨਾ। ਦੇਖੋ ਦੂਸਰੀ ਗੱਲ ਇਹ ਨੇ ਕਿ ਤੁਸੀਂ ਅੱਜ ਜਿਹੜਾ ਅਸੀਂ ਆਏ ਹਾਂ ਇੱਥੇ ਖਾਸ ਤੌਰ 'ਤੇ, ਇੱਕ ਨਵਾਂ ਕਦਮ ਸਾਡੀ ਹਕੂਮਤ ਨੇ ਚੁੱਕਿਆ ਕਿ ਜਿਹਨਾਂ ਬੀਬੀਆਂ ਨੂੰ ਸ਼ਿਕਾਇਤਾਂ ਨੇ, ਮੁਸ਼ਕਲਾਂ ਨੇ, ਮੁਸ਼ਕਲ ਹੈ, ਮੇਰੇ ਘਰ ਦਾ ਵੱਡਾ ਮਰ ਗਿਆ, ਮੈਨੂੰ ਜਿਹੜੀ ਲੈਂਦੀ ਸੀ ਫਾਰਮ ਤੋਂ ਲਿਖੇ ਉਹਨਾਂ ਦੇ ਪੈਸੇ ਰਹਿ ਗਏ ਨੇ, ਉਹ ਜਿਹੜੀ ਵੀ ਤੁਹਾਡੀ ਸ਼ਿਕਾਇਤਾਂ ਨੇ ਅੱਜ ਹੈ ਮੈਨੇਜਮੈਂਟ ਕਾਊਂਟਰ ਹੈ, ਇਹ ਤੁਹਾਡੀ ਮਦਦ ਵਾਸਤੇ ਖੁੱਲ੍ਹਿਆ। ਬੱਚੇ ਤੁਹਾਨੂੰ ਜਿਹੜੀ ਸਮਝਾ ਕੇ ਹਕੂਮਤ ਨੂੰ ਦੱਸਣੇ ਆ, ਫਰਜ਼ਾਨਾ ਰਾਜਾ ਨੂੰ, ਗਿਲਾਨੀ ਸਾਹਿਬ ਨੂੰ, ਜ਼ਰਦਾਰੀ ਸਾਹਿਬ ਨੂੰ ਦੱਸਣੇ ਆ ਕਿ ਬੜੇ ਮੁਸ਼ਕਲ ਲੋਕ ਨੇ ਜਿਹੜੇ ਰਹਿ ਗਏ ਨੇ, ਪਰ ਉਹ ਕਹਿੰਦੇ ਨੇ ਕਿ ਉਹ ਬੰਦੇ ਸ਼ਾਇਦ ਰਹਿ ਗਏ ਨੇ ਜਿਹੜੇ ਦਾਲ ਰੋਟੀ ਖਾਂਦੇ ਨੇ, ਅਸੀਂ ਉਹ ਚੁਣੇ ਪਏ ਜਿਹਦੇ ਕੋਲ ਦਾਲ ਰੋਟੀ ਵੀ ਨਹੀਂ ਹੈ। ਹਕੂਮਤ ਦੇ ਹੱਥ ਮਜ਼ਬੂਤ ਕਰੋ, ਮੁਸ਼ਕਲਾਂ ਨੇ ਮੇਰੇ ਐਡਾ ਵੱਡਾ ਪ੍ਰੋਗਰਾਮ ਹੈ, ਅਸੀਂ ਆਪਣੀ ਹਕੂਮਤ ਦਾ ਅਹਿਸਾਨ ਨਹੀਂ ਲਾ ਸਕਦੇ, ਘਰ ਬੈਠੇ ਸਾਨੂੰ ਜ਼ਾਬਤਾ ਲੱਭਦਾ, ਅੱਗੋਂ ਸਾਡੇ ਬੱਚਿਆਂ ਦਾ ਇਲਾਜ ਹੋਏਗਾ, ਉਸ ਤੋਂ ਅੱਗੇ ਇੰਸ਼ੋਰੈਂਸ ਲੱਭੇਗੀ, ਕੋਈ ਫੋਤ ਹੋ ਜਾਏਗਾ ਤਾਂ ਪੈਸੇ ਇਕੱਠੇ, ਉਸ ਤੋਂ ਅੱਗੇ ਮੈਂ ਸਪੋਰਟ ਪ੍ਰੋਗਰਾਮ। ਉਸ ਬੰਦੇ ਨੂੰ ਪੁੱਛਣਗੇ ਤੂੰ ਕੀ ਕੰਮ ਕਰਨਾ, ਤੂੰ ਕਰਿਆਨੇ ਦੀ ਦੁਕਾਨ ਖੋਲਣੀ ਹੈ, ਤੂੰ ਕੋਈ ਛੋਟਾ ਮੋਟਾ ਹੋਰ ਕੰਮ ਰੇਹੜੀ ਲਾਣੀ ਹੈ ਜਿਹੜਾ 3 ਲੱਖ ਵਿੱਚ ਹੋ ਸਕੇਗਾ, ਉਹ 3 ਲੱਖ ਰੁਪਇਆ ਇਕੱਠੀ ਹਕੂਮਤ ਨੂੰ ਦੇਗੀ, ਫਿਰ ਉਹਨੂੰ ਟ੍ਰੇਨਿੰਗ ਦੇਗੀ, ਜਦੋਂ ਕੋਈ ਨਵਾਂ ਕੰਮ ਮੁਫਤ ਮੁਫਤ ਉਹਨੂੰ ਟ੍ਰੇਨਿੰਗ ਦੇਗੀ ਨੌਕਰੀ ਦੀ, 6000 ਮਹੀਨਾ ਵੀ ਦੇਗੀ, ਉਹਦੀ ਰੋਟੀ ਫ੍ਰੀ, ਉਹਦੀ ਰਿਹਾਇਸ਼ ਫ੍ਰੀ, ਉਹਨੂੰ ਟ੍ਰੇਨਿੰਗ ਦੇ ਕੇ ਫਿਰ ਉਹਨੂੰ ਕੰਮ 'ਤੇ ਵੀ ਪਾਏਗੀ। ਇਹ ਤੁਸੀਂ ਸਾਰੀ ਬੀਬੀਆਂ ਹੋਰ ਨਾ ਸੁਣੋ, ਸ਼ੌਕ ਲਾਉਂਦੇ ਨੇ, ਮਿਹਨਤ ਲਾਉਂਦੇ ਨੇ, ਰਾਤੀ 1-1 ਵਜੇ ਤੱਕ ਦਫ਼ਤਰ ਬੈਠਦੇ ਨੇ ਕਿ ਪਾਕਿਸਤਾਨ ਦੀ ਹਰ ਬੀਬੀ ਮੁਸਤਫੀਦ ਹੋ ਸਕੇ। ਜੇ ਤੁਹਾਡੇ ਵਿੱਚ ਕੋਈ ਬੀਬੀਆਂ ਰਹਿ ਗਈਆਂ ਨੇ ਪਰੇਸ਼ਾਨ ਨਹੀਂ ਹੋਣਾ, ਉਹਨਾਂ ਨੂੰ ਵੀ ਕੋਸ਼ਿਸ਼ ਕਰਾਂਗੇ ਨਾ ਕੋਈ ਨਾ ਕੋਈ ਵਸੀਲਾ ਕਰੀਏ, ਉਹਨਾਂ ਨੂੰ ਵੀ ਸ਼ਾਮਿਲ ਕਰੀਏ, ਅਤੇ ਆਪਣੇ ਬੱਚੇ ਜਿਹੜੇ ਮਿਡਲ ਪਾਸ ਦੇ ਜਾਂ ਮੈਟ੍ਰਿਕ ਪਾਸ ਦੇ ਜਾਂ ਵਿਹਲੇ ਨੇ ਇੱਥੇ ਲਿਆ, ਅਸੀਂ ਐਂਟਰੀ ਕਰਾਂਗੇ ਕਿ ਬੱਚਾ ਫ੍ਰੀ ਤੁਹਾਨੂੰ ਸਿਖਾਉਣਗੇ ਤੁਸੀਂ ਕੀ ਕੰਮ ਕਰਨੇ, ਤਾਂ ਕਿ ਅੱਗੇ ਤੋਂ ਤੁਹਾਡੇ ਘਰ ਰੋਜ਼ਗਾਰ ਗਿਆ, ਤੁਸੀਂ ਪੈਰਾਂ 'ਤੇ ਖਲੋਵੋ, ਮੰਗਣਾ ਤਾਂ ਚੰਗਾ ਨਹੀਂ ਹੈ, ਸਾਨੂੰ ਪੈਸੇ ਵੀ 6000 ਮਹੀਨਾ ਲੱਭੇਗਾ ਸਾਹਮਣੇ ਹੋ ਜਾਏ। ਮੁਸ਼ਕਲਾਂ ਨੇ ਦੇਖੋ ਕਿੰਨੇ ਡੈਮ, 5-6 ਡੈਮ ਨਵੇਂ ਸ਼ੁਰੂ ਹੋ ਗਏ ਨੇ, ਪਹਿਲੀਆਂ ਹਕੂਮਤਾਂ ਨੇ ਕੁਝ ਨਹੀਂ ਕੀਤਾ, ਇਸ ਵੇਲੇ ਬਿਜਲੀ ਬੰਦ ਨੇ, ਸਾਡੇ ਘਰ ਵੀ ਬੰਦ ਹੈ, ਤੁਹਾਡੇ ਘਰ ਵੀ ਬੰਦ ਹੈ, 8-8 ਘੰਟੇ ਬੰਦ ਹੁੰਦੀ ਪਤਾ ਹੈ, ਮਗਰ ਇਹ ਮੁਸ਼ਕਲ ਹੈ, ਜਲਦੀ ਹੱਲ ਹੋ ਜਾਏਗੀ, ਤੁਸੀਂ ਫਿਕਰ ਨਹੀਂ ਕਰਨਾ। ਪਾਕਿਸਤਾਨ ਦੀ ਆਵਾਮ ਜਿਹੜੀ ਹੈ ਬੜੀ ਮਜ਼ਬੂਤ ਹੌਸਲਾ ਬੰਦ ਹੈ, ਮਿਹਨਤੀ ਹੈ, ਘਬਰਾਉਣਾ ਨਹੀਂ, ਆਪਣੀ ਹਕੂਮਤ ਦੀ ਮਜ਼ਬੂਤੀ ਵਾਸਤੇ ਕੰਮ ਕਰੋ, ਦੁਆ ਕਰੋ ਅੱਲਾ ਨੂੰ ਸਾਨੂੰ ਹੋਰ ਤੋਫੀਕ ਦੇ, ਤੁਹਾਡੀ ਬੇਟੀ ਵਾਸਤੇ ਕੰਮ ਕਰ ਸਕਦੇ, ਭੱਟੋ ਸਾਹਿਬ ਵਾਸਤੇ, ਬੀਬੀ ਵਾਸਤੇ ਦੁਆ ਕਰਿਆ ਕਰੋ। ਇਹ ਬਦਲਾ ਸੀ ਕਿ ਕਦੋਂ ਮਕਾਣਾ ਬਲਾਵਲ ਨੂੰ ਵਜ਼ੀਰ ਆਜ਼ਮ ਬਣਾ ਕੇ, ਅਗਲੇ 5 ਸਾਲ ਸਾਡੇ ਹੋਣ, ਆਪਣੀ ਪਾਰਟੀ ਨੂੰ ਕਾਮਯਾਬ ਬਣਾ ਕੇ, ਤੁਸੀਂ ਘਰ ਦੀ ਬੀਬੀ ਨਹੀਂ ਹੋ, ਤੁਹਾਡੇ ਅੱਗੇ 100 ਰਿਸ਼ਤੇਦਾਰ ਹੋਣਗੇ, ਤੁਸੀਂ ਦੱਸੋ ਸਾਡੀ ਹਕੂਮਤ ਸਾਡੇ ਵਾਸਤੇ ਕੀ ਕਰਦੀ ਪਈ ਹੈ, ਠੀਕ ਹੈ, ਕਹਿੰਦੇ ਨਾ ਆਪਾਂ ਨੂੰ ਇਜਾਜ਼ਤ ਦਿਓ, ਤੁਹਾਨੂੰ ਕੋਈ ਪਰੇਸ਼ਾਨੀ, ਉੱਥੇ ਬੈਠੀ ਹੋਣੀ ਹੈ ਦਫ਼ਤਰ, ਕੋਈ ਮੁਸ਼ਕਲ ਹੋਇਆ, ਬੱਚਾ ਇੱਥੇ ਖਲੋ, ਇਹ ਫਰਾਂ ਨੇ ਇੱਥੇ ਦਾ ਇੰਚਾਰਜ ਹੈ, ਵੱਡਾ ਅਫਸਰ ਹੈ, ਇਹਦੇ ਕੋਲ ਆਓ, ਮਗਰ ਇਹ ਜੋ ਸਮਝਾਏ ਸਮਝੋ ਵੀ, ਆਪਣੀ ਨਹੀਂ ਕਰਨੀ, ਇਹਨਾਂ ਦੀ ਵੀ ਸਮਝਣੀ ਹੈ, ਬੱਚੇ ਨੇ
ਕੁਰਬਾਨੀ ਪਾਕਿਸਤਾਨ ਜ਼ਿੰਦਾਬਾਦ ਜਦੋਂ ਤੱਕ ਤੁਹਾਨੂੰ ਕਾਰਡ ਨਹੀਂ ਮਿਲੇਗਾ ਇਹ ਕੋਈ ਇੱਕ ਦਿਨ ਦੀ ਗੱਲ ਨਹੀਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਲਾਲਪੁਰ ਜੰਡਾ ਦੇ ਵਿੱਚ ਵੀ ਇੱਕ ਸੈਂਟਰ ਖੋਲ ਲਈਏ ਤਾਂ ਕਿ ਰਾਸ਼ਨ ਦੇ ਕੰਮ ਹੋ ਜਾਏ ਲਿਹਾਜ਼ਾ ਤੁਸੀਂ ਮਿਹਰਬਾਨੀ ਕਰੋ ਤੁਸੀਂ